ਹੈਲੋ ਹੈਲੋ ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ, ਇੱਕ ਤਾਂ ਪਰਸੋਂ ਤੁਹਾਡੀ ਜੀ ਮੈਂ ਇੰਟਰਵਿਊ ਦੇਖੀ ਜੀ, ਅਤੇ ਬੜੀ ਖੁਸ਼ੀ ਹੋਈ ਜੀ, ਇੰਨਾ ਬੇਵਾਕ ਤਰੀਕੇ ਨਾਲ ਤੁਸੀਂ ਜਿਹੜੀ ਗੱਲਾਂ ਕਹੀਆਂ ਜੀ। ਨਹੀਂ, ਐਕਚੁਅਲੀ ਝੂਠ ਬੋਲਣਾ ਹੀ ਨਹੀਂ ਚਾਹੀਦਾ। ਜੇ ਆਪਾਂ ਗਰਾਊਂਡ ਲੈਵਲ ਤੇ ਸੱਚ ਬੋਲਾਂਗੇ ਤਾਂ ਹੀ ਪੰਜਾਬ ਲਈ ਕੁਝ ਕਰਾਂਗੇ, ਨਹੀਂ ਤਾਂ ਫਿਰ ਨਹੀਂ। ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ ਮੈਮ, ਬਹੁਤ ਵਧੀਆ ਲੱਗਿਆ ਜੀ ਮੈਮ, ਸਾਰੇ ਪਰਿਵਾਰ ਨਾਲ ਦੇਖੀ। ਤੇ ਮੈਂ ਥੈਂਕ ਯੂ ਸੋ ਮਚ। ਇੱਕ ਅਧਿਆਪਕ ਆ ਜੀ, ਬਰਨਾਲਾ ਜ਼ਿਲ੍ਹੇ ਤੋਂ ਬਿਲੋਂਗ ਕਰ ਰਿਹਾ ਜੀ। ਅੱਛਾ, ਹਾਂਜੀ। ਤੇ ਮੈਮ, ਅੱਜ ਕੈਬਨਿਟ ਦੇ ਵਿੱਚ ਸਾਡੇ ਬਾਰੇ ਡਿਸੀਜਨ ਲਿੱਤਾ ਗਿਆ ਹੈਗਾ ਜੀ, ਤੇ ਤੁਹਾਨੂੰ ਪਤਾ ਹੀ ਹੋਣਾ ਜੀ 15,000 ਦੇ ਵਿੱਚ ਸਾਨੂੰ ਰੈਗੂਲਰ ਕਰਨ ਦੀ ਗੱਲ ਕੀਤੀ ਗਿਆ, ਉਹ ਵੀ 3 ਸਾਲਾਂ ਬਾਅਦ ਰੈਗੂਲਰ ਕੀਤਾ ਜਾਊਗਾ। ਠੀਕ ਹੈ ਜੀ। ਅੱਛਾ, ਤੇ ਉਦੋਂ 3 ਸਾਲਾਂ ਬਾਅਦ ਰੈਗੂਲਰ ਕਰਕੇ ਸਾਡੇ ਤੇ ਪ੍ਰੋਵੀਸ਼ਨਲ ਪੀਰੀਅਡ ਲਾਇਆ ਜਾਊਗਾ ਫਿਰ 3 ਸਾਲਾਂ ਦਾ। ਠੀਕ ਹੈ ਜੀ, ਕੋਈ ਗੱਲ ਨਹੀਂ, ਥੋੜਾ ਟਾਈਮ ਇਹਨਾਂ ਦਾ, ਇਹਨਾਂ ਨੂੰ ਜੋ ਕਰਨਾ ਕਰ ਲੈਣ ਦੋ, ਪਰਮਾਤਮਾ ਜ਼ਰੂਰ ਮੌਕਾ ਦਊਗਾ। ਮੈਮ, ਅਸਲ ਵਿੱਚ ਜੀ ਚੱਕਰ ਇਹ ਹੈ, ਠੀਕ ਆ, ਅਸੀਂ 8-8 ਸਾਲ ਹੋ ਗਏ ਜੀ ਨੌਕਰੀਆਂ ਦੇ ਉੱਤੇ। ਇੱਕ ਕਮੇਟੀ ਬਣੀ ਸੀ, ਕਮੇਟੀ 'ਚ ਆਪਣੇ ਸਰਦਾਰ ਸਾਹਿਬ ਸਿੱਧੂ ਸਾਹਿਬ ਵੀ ਸੀਗੇ ਜੀ, ਕਮੇਟੀ ਦੇ ਮੈਂਬਰ। ਸੁਣਦੇ ਨਹੀਂ ਇਹਨਾਂ ਨੂੰ, ਪਾ ਦਿੰਦੇ ਆ ਵਿੱਚੋਂ, ਜੋ ਇਹ ਕਹਿੰਦੇ ਉਹ ਸੁਣਦੇ ਥੋੜੀ ਹੈ। ਇਹਨਾਂ ਨੂੰ ਤਾਂ ਦੱਸਤਾ ਵੀ ਪੰਜਾਬ ਨੂੰ ਅਮੀਰ ਕਿਵੇਂ ਕਰਨਾ। ਹਾਂਜੀ, ਤਨਖਾਹਾਂ ਦੀ ਤਾਂ ਕੋਈ ਇਸ਼ੂ ਹੀ ਨਹੀਂ ਜੀ, ਆਪ ਪੈਸੇ ਖਾਣੇ ਬੰਦ ਕਰ ਦੇਣ ਜੀ, ਆਪ ਖਾਣੇ ਬੰਦ ਕਰ ਦੇਣ ਜੀ। ਬਿਲਕੁਲ ਬਿਲਕੁਲ, ਪੈਸਾ ਤਾਂ ਕੀ ਇਸ਼ੂ ਹੈ, ਪੰਜਾਬ ਕੋਲ ਪੈਸੇ ਹੀ ਪੈਸਾ ਭਰੇ। ਮੈਮ, ਇੱਕ ਚੀਜ਼ ਹੋਰ ਵੀ ਆਈ, ਸਾਡੀ ਪੇ ਦਾ ਜਿਹੜਾ 20,000 ਰੁਪਇਆ ਸੈਂਟਰ ਤੋਂ ਆ ਰਿਹਾ ਹੈਗਾ, ਉਹਦੇ ਵਿੱਚ 5,000 ਰੁਪਇਆ ਰੱਖ ਗਏ ਜੀ। ਠੀਕ ਆ, ਆਪ ਤਾਂ ਕੀ ਦੇਣਾ ਸੀ। ਅੱਛਾ, ਤੇ ਉਹਦੇ ਵਿੱਚੋਂ ਵੀ 5,000 ਰੁਪਇਆ ਰੱਖ ਗਏ। ₹15,00,000 ਦਾ ਮੈਂ ਲੋਨ ਲਿੱਤਾ ਸੀ ਜੀ, ਕਿਉਂਕਿ ਮੈਂ ਗਰਾਊਂਡ ਲੈਵਲ ਤੋਂ ਉੱਠਿਆ, ਘਰ ਪਾਇਆ ਸੀ ਜੀ। ਠੀਕ ਆ, ਤੇ ਜਿਹੜੀ ਚੀਜ਼ ਲਗਭਗ 16,400 ਰੁਪਏ ਕਿਸ਼ਤ ਜਾਂਦੀ ਹੈ ਜੀ। ਮੈਡਮ, ਮੈਂ ਕੀ ਆਪਦੇ ਪਰਿਵਾਰ ਨੂੰ ਖਵਾਉਂਗਾ ਜੀ, ਕੀ ਮੈਂ ਕਿਸ਼ਤ ਭਰੂੰਗਾ ਜੀ। ਅੱਜ ਤੱਕ ਕਿਸਾਨ ਸੁਸਾਈਡ ਕਰ ਜਾਏ ਸੀ, ਸੱਚੀ ਕਹਿ ਰਿਹਾ ਜੀ, ਜੇ ਇਹੀ ਹਾਲਤ ਰਿਹਾ ਤਾਂ ਅਧਿਆਪਕ ਸੁਸਾਈਡ ਕਰਨਗੇ ਜੀ ਆਉਂਦੇ ਸਮੇਂ। ₹42,800 ਲੈ ਰਿਹਾ ਹੈਗਾ, ਤੇ ਉਹਨੂੰ ਤੁਸੀਂ ਸਿੱਧਾ ਲਿਆ ਕੇ 15,000 ਤੇ ਸਿੱਟ ਦੋ, ਤੇ ਉਹ ਵੀ ਜਿਹੜਾ ਨੋਟੀਫਿਕੇਸ਼ਨ, ਉਹਦੇ ਵਿੱਚ ਵੀ ਬੜੀਆਂ ਗੋਲ ਮੋਲ ਗੱਲਾਂ ਕੀਤੀਆਂ ਗਈਆਂ, 3 ਸਾਲਾਂ ਬਾਅਦ ਰੈਗੂਲਰ। ਤੁਹਾਨੂੰ ਪੱਕਾ ਪਤਾ ਵੀ ਇਹੀ ਵਾਲਾ ਡਿਸੀਜਨ ਹੋਇਆ? ਮੈਮ, ਉਹ ਤਾਂ ਕੈਬਨਿਟ ਦੀ ਸਵੇਰੇ ਮੀਟਿੰਗ ਹੋ ਗਈ, ਸਾਰੀ ਪ੍ਰੈਸ ਦੇ ਵਿੱਚ ਚੱਲ ਗਿਆ ਜੀ, ਸਾਰੀ ਸਾਡੇ ਕੋਲ ਪ੍ਰੈਸ ਉਹ ਪਹੁੰਚ ਗਈ ਜੀ। ਹਾਂਜੀ ਹਾਂਜੀ, ਤੇ ਮੈਂ ਤੁਹਾਨੂੰ ਮੈਸੇਜ ਕਰ ਦੇਣਾ ਜੀ, ਜਿਹੜਾ ਅੱਜ ਕੈਬਨਿਟ ਦਾ ਹੋਰ ਮੈਂ ਪੜ੍ਹਦੀ ਆ ਜੀ, ਮੈਂ ਪੜ੍ਹਦੀ ਆ ਜੀ। ਤੇ ਮੈਮ, ਐਕਸਪੈਕਟ ਕਰਦੇ ਆ ਤੁਸੀਂ ਸਾਡੇ ਨਾਲ ਗੱਲ ਕਰੋਗੇ ਜੀ? ਜ਼ਰੂਰ ਜ਼ਰੂਰ, ਹਾਂਜੀ ਬਿਲਕੁਲ। ਹਾਂਜੀ, ਓਕੇ ਬੇਟਾ।